Bismillahirrahmanirrahim. Assalamu alaikum. Mera naam Rubina Kausar. ਤੇ ਤੁਸੀਂ ਦੇਖ ਰਹੇ ਹੋ ਕਿਚਨ ਵਿਦ ਰੁਬੀਨਾ। ਅਸੀਂ ਅੱਜ ਬਣਾਇਆ ਕਵਾਰ ਗੰਦਲ ਤੇ ਕੱਦੂ ਦਾ ਤੇ ਸਰਸੋਂ ਦਾ ਤੇਲ। ਇਹ ਤੇਲ ਜਿਨ੍ਹਾਂ ਦੇ ਵਾਲ ਝੜਦੇ ਜਾਂ ਜਿਨ੍ਹਾਂ ਦੇ ਵਾਲ ਕਮਜ਼ੋਰ ਹੈ ਉਹਨਾਂ ਵਾਸਤੇ ਬੜੇ ਫਾਇਦੇਮੰਦ ਹੈ। ਇਹ ਖੁਸ਼ਕੀ ਵੀ ਦੂਰ ਕਰੇਗਾ ਅਤੇ ਇਸ ਤੋਂ ਇਲਾਵਾ ਕਾਫੀ ਸਾਰੇ ਇਹਦੇ ਫਾਇਦੇ ਹੈ। ਇਹ ਤੁਸੀਂ ਜ਼ਰੂਰ ਇਸਤੇਮਾਲ ਕਰਨਾ ਕਰਕੇ ਸਾਨੂੰ ਦੱਸਣਾ ਕੈਸਾ ਇਹ ਤੇਲ ਬਣਿਆ। ਵਾਲ ਵੀ ਲੰਬੇ ਹੋਣਗੇ ਅਤੇ ਜਿਨ੍ਹਾਂ ਦੇ ਵਾਲ ਝੜਦੇ ਉਹਨਾਂ ਦੇ ਵਾਲ ਝੜਨੋਂ ਵੀ ਬੰਦ ਹੋ ਜਾਣਗੇ। ਇਹ ਤੁਸੀਂ ਜ਼ਰੂਰ ਇਸਤੇਮਾਲ ਕਰਨਾ, ਇਸਤੇਮਾਲ ਕਰਕੇ ਸਾਨੂੰ ਦੱਸਣਾ ਕੈਸਾ ਤੇਲ ਬਣਿਆ, ਇਹ ਤੇਲ ਕਿਵੇਂ ਬਣਦਾ, ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਅਸੀਂ ਦੇਖ ਲੈਂਦੇ ਹਾਂ। ਤੇਲ ਬਣਾਉਣ ਵਾਸਤੇ ਮੈਂ ਲਿਆ ਇੱਕ ਕੱਦੂ, ਇਹਨੂੰ ਅਸੀਂ ਕੱਟ ਲਾਂਗੇ ਛਿਲਕਿਆਂ ਸਮੇਤ। ਕੱਦੂ ਕੱਟ ਲਿਆ, ਹੁਣ ਅਸੀਂ ਕੱਟਾਂਗੇ ਐਲੋਵੇਰਾ। ਪਹਿਲੇ ਸੈੜਾਂ ਉਤਾਰਾਂਗੇ। ਇੱਕ ਉੱਪਰ ਵਾਲਾ ਛਿਲਕਾ ਉਤਾਰਨਾ ਬਸ। ਕਵਾਰ ਗੰਦਲ ਨੂੰ ਮੈਂ ਕੱਟ ਲਿਆ, ਕੱਦੂ ਵੀ ਕੱਟ ਲਿਆ, ਹੁਣ ਅਸੀਂ ਤੇਲ ਵਿੱਚ ਪਕਾਵਾਂਗੇ। ਸਭ ਤੋਂ ਪਹਿਲੇ ਤੇਲ ਪਾਵਾਂਗੇ। ਤੇਲ ਗਰਮ ਹੋ ਗਿਆ ਤੇ ਫਿਰ ਅਸੀਂ ਕੱਦੂ ਤੇ ਐਲੋਵੇਰਾ ਪਾਵਾਂਗੇ। ਤੇਲ ਗਰਮ ਹੋ ਗਿਆ, ਹੁਣ ਅਸੀਂ ਕੱਦੂ ਪਾ ਦਾਂਗੇ। ਕੱਦੂ ਦੇ ਨਾਲ ਹੀ ਐਲੋਵੇਰਾ ਪਾ ਦਾਂਗੇ। ਇਹਨੂੰ ਹੁਣ ਅਸੀਂ ਇੰਨਾ ਕੁ ਪਕਾਵਾਂਗੇ ਕਿ ਕੱਦੂ ਤੇ ਐਲੋਵੇਰਾ ਬਰਾਉਨ ਹੋ ਗਿਆ।
ਕੱਦੂ ਤੇ ਐਲੋਵੇਰਾ ਨੂੰ ਮੈਂ ਅੱਧਾ ਘੰਟਾ ਪਕਾਇਆ, ਇਸ ਤਰ੍ਹਾਂ ਦਬਾ ਦਬਾ ਕੇ ਪਕਾਇਆ। ਹੁਣ ਪੱਕ ਗਿਆ, ਉਹ ਕੀ ਲਾ ਲਾਂਗੇ।